ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ 103 ਅੰਗ ਦੇ ਚੰਡੀ ਚਰਿੱਤਰ ਦੂਸਰੇ ਦੇ ਅਧਿਆਏ ਦੂਸਰੇ ਤੱਕ ਸਰਵਣ ਕੀਤੀ ਸੀ। ਅੱਜ ਆਪਾਂ ਉਸ ਤੋਂ ਅੱਗੇ ਦੇ ਅਰਥ ਵਿਚਾਰ ਸਰਵਣ ਕਰਾਂਗੇ। ਅਧਿਆਏ ਤੀਸਰਾ, ਚੰਡ ਮੁੰਡ ਯੁੱਧ ਵਰਣਨ ਦੋਹਰਾ। ਇਹ ਬਿਦੈਂਤ ਸੰਘਾਰ ਕਰ, ਤਵਲਾ ਚਲੀ ਅਵਾਸ। ਜੋ ਯਹ ਕਥਾ ਪੜ੍ਹੈ ਸੁਣੈ, ਰਿੱਧ ਸਿੱਧ ਗ੍ਰਹਿਤਾਸ। ਇਸ ਤਰ੍ਹਾਂ ਦੇਵਤਿਆਂ ਦੇ ਭਲੇ ਪੁਰਸ਼ਾਂ ਨੂੰ ਦੁੱਖ ਦੇਣ ਵਾਲੇ ਦੈਂਤਾਂ ਨੂੰ ਮਾਰ ਕੇ ਦੁਰਗਾ ਆਪਣੇ ਘਰ ਚਲੀ ਗਈ। ਦੇਵੀ ਭਾਗਵਤ ਵਿੱਚ ਇਸ ਕਥਾ ਦਾ ਇਹ ਮਹਾਤਮ ਲਿਖਿਆ ਹੈ ਕਿ ਜਿਹੜਾ ਪੁਰਸ਼ ਇਸ ਕਥਾ ਨੂੰ ਸ਼ਰਧਾ ਨਾਲ ਪੜ੍ਹੇਗਾ ਜਾਂ ਸੁਣੇਗਾ, ਉਸਦੇ ਘਰ ਬੇਅੰਤ ਧਨ ਸੰਪਦਾ ਅਤੇ ਅਲੌਕਿਕ ਸ਼ਕਤੀਆਂ ਨਿਵਾਸ ਕਰਨਗੀਆਂ। ਚਾਉ ਪਈ ਤੂਮਰ ਨੈਣ ਜਬ ਸੁਣੇ ਸੰਗਾਰੇ, ਚੰਡ ਮੁੰਡ ਤਬ ਭੂਪ ਹਕਾਰੇ। ਬੋਬਿਦ ਕਰ ਪਠੇ ਸੁਨੂ ਨ ਮਾਨਾ, ਹੈਗੈ ਪਤ ਦੀਏ ਰਥ ਨਾਨਾ। ਜਦੋਂ ਰਾਜੇ ਸੁੰਭ ਨੇ ਸੁਣਿਆ ਕਿ ਧੂਮਰ ਨੈਣ ਜੰਗ ਵਿੱਚ ਮਾਰਿਆ ਗਿਆ ਹੈ, ਤਦੋਂ ਉਸਨੇ ਚੰਡ ਅਤੇ ਮੁੰਡ ਦੋਹਾਂ ਸੂਰਮਿਆਂ ਨੂੰ ਬੁਲਾਇਆ। ਉਸਦਾ ਬਹੁਤ ਸਾਰਾ ਸਨਮਾਨ ਕਰਕੇ ਦੁਰਗਾ ਨਾਲ ਜੰਗ ਕਰਨ ਲਈ ਰਣਭੂਮੀ ਵੱਲ ਭੇਜ ਦਿੱਤਾ। ਉਹਨਾਂ ਨੂੰ ਨਾਲ ਚਾਰ ਪ੍ਰਕਾਰ ਦੀ ਸੈਨਾ, ਘੋੜੇ, ਹਾਥੀ, ਪੈਦਲ ਅਤੇ ਰੱਥ ਦਿੱਤੇ। ਪ੍ਰਥਮ ਨਿਰਖ ਦੇਵੀ ਹੈ ਜੇ ਆਏ, ਤੇ ਧਵਲਾ ਗਿਰ ਔਰ ਪਠਾਏ। ਤਿਨਕੀ ਤਨਕ ਭਨਕ ਸੁਨ ਪਾਏ, ਨਸਿਰੀ ਸ਼ਸਤਰ ਅਸਤਰ ਲੈ ਮਾਏ। ਜਿਹੜੇ ਦੈਂਤ ਪਹਿਲੇ ਜੰਗ ਵਿੱਚ ਦੇਵੀ ਦੁਰਗਾ ਨੂੰ ਵੇਖ ਕੇ ਆਏ ਸਨ, ਉਹਨਾਂ ਨੂੰ ਸੂਹੀਆ ਬਣਾ ਕੇ ਕੈਲਾਸ਼ ਪਰਬਤ ਵੱਲ ਭੇਜਿਆ ਗਿਆ। ਦੇਵੀ ਨੇ ਜਦੋਂ ਦੈਂਤਾਂ ਦੀ ਚੜ੍ਹਾਈ ਕਰਕੇ ਆਉਣ ਦੀ ਥੋੜ੍ਹੀ ਜਿਹੀ ਕਨਸੋਹ ਸੁਣੀ ਤਾਂ ਉਹ ਸ਼ਸਤਰ ਅਸਤਰ ਲੈ ਕੇ ਰਣਭੂਮੀ ਵੱਲ ਨਿਕਲ ਆਈ। ਰੁਆਲ ਛੰਦ ਸਾਜ ਸਾਜ ਚਲੇ ਤਹਾਰਨ, ਰਾਜ ਸੀਂਦਰ ਅਨੇਕ। ਅਰਧ ਮੁੰਡਿਤ ਮੁੰਡ ਤੇਕ, ਜਟਾ ਧਰੇ ਸੁ ਅਰੇਕ। ਕੋਪ ਔਪੰਗ ਦੈ ਸਬੈ ਕਰ, ਸ਼ਸਤਰ ਅਸਤਰ ਨਚਾਏ। ਧਾਏ ਧਾਏ ਕਰੈ ਪ੍ਰਹਾਰਣਾ, ਤਿਛ ਤੇਗ ਕੰਪਾਏ। ਦੈਂਤਾਂ ਦੇ ਅਨੇਕਾਂ ਸੈਨਾਪਤੀ ਆਪੋ ਆਪਣੇ ਫੌਜੀ ਦਸਤਿਆਂ ਨੂੰ ਸ਼ਸਤਰਾਂ ਨਾਲ ਤਿਆਰ ਬਰ ਤਿਆਰ ਕਰਕੇ ਰਣਭੂਮੀ ਵੱਲ ਤੁਰ ਪਏ। ਉਹਨਾਂ ਵਿੱਚੋਂ ਕਈਆਂ ਦੇ ਅੱਧੇ ਸਿਰ ਮੁੰਨੇ ਹੋਏ ਸਨ, ਕਈਆਂ ਦੇ ਸਾਰੇ ਸਿਰ ਮੁੰਨੇ ਹੋਏ ਸਨ ਅਤੇ ਕਈ ਜਟਾਧਾਰੀ ਸਨ। ਸਭਨਾਂ ਨੂੰ ਕ੍ਰੋਧ ਨਾਲ ਭਰਪੂਰ ਕਰਕੇ ਉਹਨਾਂ ਦੇ ਹੱਥਾਂ ਵਿੱਚ ਸ਼ਸਤਰ ਅਸਤਰ ਦਿੱਤੇ ਗਏ। ਉਹ ਸ਼ਸਤਰਾਂ ਅਸਤਰਾਂ ਨੂੰ ਘੁਮਾਉਂਦੇ ਸਨ ਅਤੇ ਅੱਗੇ ਵੱਧ ਕੇ ਤਿੱਖੀਆਂ ਤੇਗਾਂ ਦੇ ਵਾਰ ਕਰਦੇ ਸਨ। ਸ਼ਸਤਰ ਅਸਤਰ ਲਗੇ ਜਿਤੇ, ਸਭ ਫੂਲ ਮਾਲ ਹੋਇਆ ਗਏ। ਕੋਪ ਔਪ ਬਿਲੋਕ ਅਤ ਭੁੱਤ ਦਾਨਵੰਗ ਬਿਸਮੈ ਪਏ। ਦੌਰ ਦੌਰ ਅਨੇਕ ਆਯੁੱਧ ਫੇਰ, ਪ੍ਰਹਾਰਹੀ ਜੂਝ ਜੂਝ ਗਿਰੇ ਹਰੇਕ ਸੋ ਮਾਰ ਮਾਰ ਪੁਕਾਰਹੀ। ਦੈਂਤਾਂ ਦੇ ਚਲਾਏ ਹੋਏ ਜਿੰਨੇ ਵੀ ਸ਼ਸਤਰ ਅਸਤਰ ਦੇਵੀ ਨੂੰ ਲੱਗੇ, ਉਹ ਸਾਰੇ ਫੁੱਲਾਂ ਦੇ ਹਾਰ ਬਣ ਕੇ ਦੁਰਗਾ ਦੇ ਗਲ ਵਿੱਚ ਪੈ ਗਏ। ਕ੍ਰੋਧ ਨਾਲ ਭਰੇ ਦੈਂਤਾਂ ਇਸ ਅਦਭੁਤ ਕੌਤਕ ਨੂੰ ਵੇਖ ਕੇ ਬੜੇ ਹੈਰਾਨ ਹੋਏ। ਅਨੇਕਾਂ ਦੈਂਤ ਘੜੀ ਮੁੜੀ ਹੱਲਾ ਕਰਕੇ ਦੌੜ ਦੌੜ ਕੇ ਸ਼ਸਤਰ ਚਲਾਉਂਦੇ ਸਨ। ਕਈ ਦੈਂਤ ਲੜਦੇ ਮਾਰਦੇ ਮਰ ਗਏ, ਪਰ ਮੂੰਹੋਂ ਉਹ ਮਾਰ ਲਓ ਪੁਕਾਰਦੇ ਹੀ ਗਏ। ਰੇਲ ਰੇਲ ਚਲੇ ਹੈਂ ਦ੍ਰਣ, ਪੇਲ ਪੇਲ ਗਜੇਂਦਰਾ। ਝੇਲ ਝੇਲ ਅਨੰਤ ਆਯੁਧ, ਹੇਲ ਹੇਲ ਰਿਪਿੰਦਰ। ਗਾਹੇ ਗਾਏ ਫਿਰੇ ਫਵਜਣਾ, ਬਾਹੇ ਬਾਹੇ ਖਤੰਗ। ਅੰਗ ਭੰਗ ਗਿਰੇ ਕਹੂੰ ਰਣ ਰੰਗ, ਸੂਰ ਉਤੰਗ।
ਘੋੜ ਸਵਾਰ ਸੈਨਿਕ ਅੱਗੇ ਅੱਗੇ ਚੱਲ ਰਹੇ ਸਨ। ਫਿਰ ਹਾਥੀ ਸਵਾਰ ਸੈਨਿਕ ਹਾਥੀਆਂ ਨੂੰ ਧੱਕ ਕੇ ਲਈ ਜਾ ਰਹੇ ਸਨ। ਅੱਗੋਂ ਵੈਰੀਆਂ ਦੇ ਸੈਨਾਪਤੀ ਸ਼ਸਤਰ ਚਲਾ ਰਹੇ ਸਨ, ਜਿਨ੍ਹਾਂ ਦੇ ਵਾਰਾਂ ਨੂੰ ਦੂਜੇ ਸੈਨਿਕ ਝੱਲਦੇ ਸਨ। ਸੂਰਮੇ ਇੱਕ ਦੂਜੇ ਦੀਆਂ ਫੌਜਾਂ ਗਾਉਂਦੇ ਅਤੇ ਦਬਾਉਂਦੇ ਫਿਰਦੇ ਸਨ ਅਤੇ ਬਾਹਾਂ ਦੇ ਜ਼ੋਰ ਨਾਲ ਤੀਰ ਚਲਾ ਰਹੇ ਸਨ। ਰਣ ਭੂਮੀ ਵਿੱਚ ਕਿਸੇ ਪਾਸੇ ਸੂਰਮੇ ਅੰਗਹੀਨ ਹੋਏ ਡਿੱਗੇ ਪਏ ਸਨ। ਚਾਰ ਚਾਰ ਫਿਰੇ ਸਰੋਤਮ ਡਾਰ ਝਾਰ ਕਿਰਪਾਨ, ਸੈਲ ਸੇਰਣ ਪੁੰਜ ਕੁੰਜਰ ਸੂਰ ਸੇਸ ਬਖਾਨ, ਬੱਕਰ ਨਕਰ ਭੁਜਾ ਸੁਸ਼ੋਭਿਤ ਚੱਕਰ ਸੇ ਰਥ ਚੱਕਰ, ਕੇਸ ਪਾ ਸਿਬਾਲ ਸੋਹਤ ਅਸਤ ਚੂਰ ਸਰਕਰ। ਤਿੱਖੇ ਤੀਰਾਂ ਨਾਲ ਸੂਰਮੇ ਝਾੜਾਂ ਝਾੜਦੇ ਫਿਰਦੇ ਸਨ ਅਤੇ ਤਲਵਾਰਾਂ ਨਾਲ ਇੱਕ ਦੂਜੇ ਨੂੰ ਝਾੜ ਕੇ ਸੁੱਟ ਰਹੇ ਸਨ। ਇਹ ਰਣਭੂਮੀ ਨਹੀਂ ਜਾਪਦੀ ਸੀ, ਇਹ ਤਾਂ ਮਾਨੋ ਮਾਨ ਸਰੋਵਰ ਪ੍ਰਤੀਤ ਹੋ ਰਹੀ ਸੀ। ਇਸ ਰਣਭੂਮੀ ਰੂਪੀ ਮਾਨ ਸਰੋਵਰ ਵਿੱਚ ਹਾਥੀਆਂ ਦੇ ਝੁੰਡ ਪਹਾੜਾਂ ਵਰਗੇ ਸਨ ਅਤੇ ਸੂਰਮਿਆਂ ਦੇ ਸਿਰ ਪੱਥਰਾਂ ਵਾਂਗੂ ਸਨ। ਸੂਰਮਿਆਂ ਦੀਆਂ ਟੇਢੀਆਂ ਬਾਹਾਂ ਤੰਦੂਏ ਵਾਂਗੂ ਸੋਭ ਰਹੀਆਂ ਸਨ ਅਤੇ ਰੱਥਾਂ ਦੇ ਪਹੀਏ ਕੱਛੂਆਂ ਵਰਗੇ ਜਾਪਦੇ ਸਨ। ਫਾਹੀਆਂ ਦੇ ਕੇਸ ਜਾਲੇ ਵਾਂਗੂ ਸ਼ੋਭ ਰਹੇ ਸਨ ਅਤੇ ਯੋਧਿਆਂ ਦੀਆਂ ਹੱਡੀਆਂ ਦਾ ਚੂਰਾ ਰੇਤ ਵਰਗਾ ਲੱਗ ਰਿਹਾ ਸੀ। ਸੱਜ ਸੱਜ ਚੱਲੇ ਹਥਿਆਰਨ ਗੱਜ ਗੱਜ ਗਜਿੰਦਰ, ਬੱਜ ਬੱਜ ਸਬੱਜ ਬੱਜਨ ਭੱਜ ਭੱਜ ਹਯੇਂਦਰ, ਮਾਰ ਮਾਰ ਪੁਕਾਰ ਕੈ ਹਥਿਆਰ ਹਾਥ ਸੰਭਾਰ, ਧਾਏ ਧਾਏ ਪਰੇ ਨਿਸਾਚਰ ਬਾਏ ਸੰਖੇ ਅਪਾਰ। ਹਾਥੀ ਸਵਾਰ ਸੂਰਮੇ ਹਾਥੀਆਂ ਅਤੇ ਸ਼ਸਤਰਾਂ ਨੂੰ ਸਜਾ ਕੇ ਗੱਜਦੇ ਹੋਏ ਚੱਲ ਰਹੇ ਸਨ। ਬਾਜਿਆਂ ਵਾਲੇ ਮਾਰੂ ਬਾਜੇ ਵਜਾ ਰਹੇ ਸਨ, ਘੋੜ ਸਵਾਰ ਘੋੜੇ ਯੋਧੇ ਘੋੜਿਆਂ ਨੂੰ ਭਜਾ ਰਹੇ ਸਨ ਅਤੇ ਆਪਣੇ ਸ਼ਸਤਰਾਂ ਨੂੰ ਹਵਾ ਵਿੱਚ ਫੜ ਕੇ ਮੂੰਹੋਂ ਮਾਰ ਲਓ ਦਾ ਸ਼ਬਦ ਕਹਿ ਰਹੇ ਸਨ। ਦੈਂਤ ਦੌੜ ਕੇ ਅੱਗੇ ਵੱਧ ਰਹੇ ਸਨ ਅਤੇ ਅਨੇਕਾਂ ਸੰਖ ਵਜਾ ਰਹੇ ਸਨ। ਸੰਖ ਗੋਯਮ ਗੱਜੀਅੰ ਅਰ ਸੱਜੀਅੰ ਰਿਪਰਾਜ, ਭਾਜ ਭਾਜ ਚਲੇ ਕਿਤੇ ਤਾਜ ਲਾਜ ਵੀ ਨਿਰਲਾਜ, ਭੀਮ ਭੇਰੇ ਭੁੰਕੀਅੰ ਹਰ ਧੁੰਕੀਅੰ ਸੋ ਨਿਸ਼ਾਨ, ਗਾਹੇ ਗਾਏ ਫਿਰੇ ਫਵੱਜਣ ਬਾਹੇ ਬਾਹੇ ਗਦਾਨ। ਰਣ ਭੂਮੀ ਵਿੱਚ ਸੰਖ ਅਤੇ ਰਣ ਸਿੰਘੇ ਗੂੰਜ ਰਹੇ ਸਨ ਅਤੇ ਵੈਰੀਆਂ ਦੇ ਸੈਨਾਪਤੀ ਸੱਜ ਰਹੇ ਸਨ। ਸ਼ਰਮ ਅਤੇ ਡਰ ਤਿਆਗ ਕੇ ਸੂਰਮੇ ਬੜੀ ਨਿਸ਼ੰਗਤਾ ਨਾਲ ਇੱਧਰ ਉੱਧਰ ਭੱਜ ਰਹੇ ਸਨ। ਬੜੀਆਂ ਡਰਾਉਣੀਆਂ ਭੇਰੀਆਂ ਵੱਜ ਰਹੀਆਂ ਸਨ ਅਤੇ ਧੌਂਸੇ ਖੜਕ ਰਹੇ ਸਨ। ਥਾਂ ਥਾਂ ਫੌਜਾਂ ਫਿਰ ਰਹੀਆਂ ਸਨ ਅਤੇ ਗਧਾ ਆਦਿਕ ਸ਼ਸਤਰ ਚਲਾ ਰਹੀਆਂ ਸਨ। ਵੀਰ ਕੰਗਣੇ ਬੰਧਹੇ ਅਰ ਅਛਰੈ ਸਿਰ ਤੇਲਾ, ਬੀਨ ਬੀਨ ਬਰੇ ਬਰੰਗਨ ਡਾਰ ਡਾਰ ਫੁਲੇਲ, ਘਾਲ ਘਾਲ ਵਿਵਾਨ ਲੈ ਗਏ ਫਿਰ ਫੇਰ ਫੇਰ ਸੁਬੀਰ, ਕੂਦ ਕੂਦ ਪਰੇ ਤਹਾਂ ਤੇ ਝਾਗ ਝਾਗ ਸੋ ਤੀਰ। ਜੰਗ ਕਰਨ ਲਈ ਯੋਧੇ ਕੰਗਣ ਬੰਨਦੇ ਸਨ ਅਤੇ ਪੱਛਰਾਂ ਆਪਣੇ ਸਿਰਾਂ 'ਤੇ ਤੇਲ ਲਾਉਂਦੀਆਂ ਸਨ। ਜਿਹੜੇ ਸੂਰਮੇ ਰਣਭੂਮੀ ਵਿੱਚ ਲੜ ਰਹੇ ਸਨ, ਦੇਵਤਿਆਂ ਦੀਆਂ ਇਸਤਰੀਆਂ ਉਹਨਾਂ ਦੇ ਸਿਰਾਂ ਉੱਤੇ ਇਤਰ ਫੁਲੇਲ ਸੁੱਟ ਕੇ ਉਹਨਾਂ ਨੂੰ ਵਰਦੀਆਂ ਸਨ। ਅਪੱਛਰਾਂ ਉਹਨਾਂ ਸੂਰਮਿਆਂ ਨੂੰ ਬਿਬਾਨਾਂ ਵਿੱਚ ਬਿਠਾ ਕੇ ਸੁਰਗ ਲੋਕ ਨੂੰ ਲਈ ਜਾਂਦੀਆਂ ਸਨ, ਪਰ ਉਹ ਯੋਧੇ ਬਿਬਾਨਾਂ ਵਿੱਚੋਂ ਕੁੱਦ ਕੁੱਦ ਕੇ ਮੁੜ ਕੇ ਜੰਗ ਕਰਨ ਲਈ ਮੈਦਾਨ ਵਿੱਚ ਆਉਂਦੇ ਸਨ ਅਤੇ ਤੀਰਾਂ ਦੀ ਮਾਰ ਸਹਿੰਦੇ ਹੋਏ ਅੱਗੇ ਵੱਧਦੇ ਸਨ। ਹਾਂਕ ਹਾਂਕ ਲਰੇ ਤਹਾਂ ਰਦ ਰੀਜ ਰੀਜ ਭਟਿੰਦਰ, ਜੀਤ ਜੇਤ ਲਇਓ ਜਿਨਹਿ ਕਈ ਵਾਰ ਇੰਦਰ ਉਪਿੰਦਰ, ਕਾਟ ਕਾਟ ਦੇ ਕਪਾਲੀ ਬਾਂਟ ਬਾਂਟ ਦੇਸਾਨ, ਡਾਟ ਡਾਟ ਕਰਦਲੰਗ ਸੁਰ ਪੱਗ ਪੱਬ ਪਿਸਾਨ। ਬਹਾਦਰ ਸੂਰਮੇ ਲਲਕਾਰ ਲਲਕਾਰ ਕੇ ਅਤੇ ਬੜੀ ਰੀਝ ਉਤਸ਼ਾਹ ਨਾਲ ਰਣਭੂਮੀ ਵਿੱਚ ਲੜਦੇ ਸਨ। ਇਹਨਾਂ ਸੂਰਮਿਆਂ ਨੇ ਇੰਦਰ ਅਤੇ ਉਪਿੰਦਰ ਨੂੰ ਕਈ ਵਾਰੀ ਜਿੱਤਿਆ ਸੀ। ਇਹਨਾਂ ਯੋਧਿਆਂ ਨੇ ਆਪਣੇ ਸਿਰ ਕੱਟ ਕੇ ਸ਼ਿਵਜੀ ਦੀ ਭੇਟਾ ਕੀਤੇ ਸਨ
ਤਾਂ ਦਸਾਂ ਦਿਸ਼ਾ ਵਿੱਚ ਵੰਡ ਦਿੱਤੇ ਸਨ। ਇਹਨਾਂ ਨੇ ਦੇਵਤਿਆਂ ਦੇ ਦਲਾਂ ਨੂੰ ਡੱਕ ਕੇ ਰੱਖਿਆ ਸੀ ਅਤੇ ਪਹਾੜਾਂ ਨੂੰ ਆਪਣੇ ਪੈਰਾਂ ਨਾਲ ਪਸੀਜ ਦਿੱਤਾ ਸੀ। ਤਾਏ ਤਾਏ ਸੰਘਾਰੀ ਅੰਗ੍ਰਿਪ ਰਾਜ ਬਾਜ ਅਨੰਤਾ ਸ੍ਰੋਣ ਕੀ ਸਰਤਾ ਉਠੇ ਰਣ ਮੱਧ ਰੂਪ ਦੁਰੰਤਾ ਬਾਣ ਔਰ ਕਮਾਨ ਸੈਥੀ ਸੋਲ ਤਿਛ ਕੁਠਾਰ ਝੰਡ ਮੁੰਡ ਹਨੇ ਦੋਂ ਕਰ ਕੋਪ ਕਾਲ ਕਰਵਾਰ। ਉਹ ਸੂਰਮੇ ਦੌੜ ਦੌੜ ਕੇ ਵੈਰੀ ਰਾਜੇ ਦੇ ਘੋੜਿਆਂ ਨੂੰ ਮਾਰਦੇ ਸਨ। ਰਣਭੂਮੀ ਵਿੱਚ ਸੂਰਮਿਆਂ ਦੇ ਲਹੂ ਦੀ ਨਦੀ ਚੱਲ ਪਈ ਸੀ, ਜਿਸ ਵਿੱਚ ਬਾਣ ਕਮਾਨ ਸੈਥੀ ਤ੍ਰਿਸ਼ੂਲ ਅਤੇ ਤਿੱਖੇ ਕੁਹਾੜੇ ਰੁੜੇ ਜਾਂਦੇ ਸਨ। ਕਾਲਕਾ ਨੇ ਬੜਾ ਕ੍ਰੋਧ ਧਾਰਨ ਕਰਕੇ ਤਲਵਾਰ ਦੇ ਵਾਰ ਨਾਲ ਚੰਡ ਅਤੇ ਮੁੰਡ ਦੋਹਾਂ ਦਹਿੰਤਾਂ ਨੂੰ ਮਾਰ ਦਿੱਤਾ। ਦੋਹਰਾ ਚੰਡ ਮੁੰਡ ਮਾਰੇ ਦੋਂ ਕਾਲੇ ਕੋਪ ਕਰਵਾਰ ਔਰ ਦਿੱਤੀ ਸੈਨਾ ਹੁਤੇ ਛਿਨਮੋ ਦਈ ਸੰਘਾਰ। ਕਾਲੀ ਨੇ ਬੜੇ ਕ੍ਰੋਧ ਨਾਲ ਵਾਰ ਕਰਕੇ ਚੰਡ ਅਤੇ ਮੁੰਡ ਦੋਹਾਂ ਦੈਂਤਾਂ ਨੂੰ ਮਾਰ ਦਿੱਤਾ। ਹੋਰ ਜਿੰਨੀ ਦੈਂਤਾਂ ਦੀ ਸੈਨਾ ਸੀ ਉਹ ਵੀ ਇੱਕ ਛਿਨ ਵਿੱਚ ਖਤਮ ਕਰ ਦਿੱਤੀ। ਇਤ ਸ੍ਰੀ ਬਚਿੱਤਰ ਨਾਟਕੇ ਚੰਡੇ ਚਰਿੱਤਰ ਚੰਡ ਮੁੰਡ ਭਦੈ ਤ੍ਰਿਤਿਓ ਧਿਆਏ ਸੰਪੂਰਣਮ ਸਤ ਸ਼ੁਭਮ ਸਤ ਅਫਜੂ। ਸ੍ਰੀ ਬਚਿੱਤਰ ਨਾਟਕ ਚੰਡੀ ਚਰਿੱਤਰ ਚੰਡ ਮੁੰਡ ਦੈਂਤਾਂ ਦੇ ਕਤਲ ਦਾ ਵਰਣਨ ਹੈ ਜੋ ਤੀਸਰੇ ਅਧਿਆਏ ਵਿੱਚ ਉਹ ਸਮਾਪਤ ਹੁੰਦਾ ਹੈ। ਅਗਲੇ ਪ੍ਰਸੰਗ ਦੇ ਵਿੱਚ ਆਪਾਂ ਚੌਥਾ ਅਧਿਆਏ ਸਰਵਣ ਕਰਾਂਗੇ। ਪਾਠ ਕਰਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।